ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ। ਹਾਂ, ਪੰਜਾਬ ਨੂੰ ਇਸ ਵੇਲੇ ਪੂਰੀ ਤਰ੍ਹਾਂ ਨਾਲ ਸੀਤ ਲਹਿਰ ਨੇ ਪਕੜਿਆ ਹੋਇਆ ਆ, ਆਪਣੀ ਜਕੜ ਦੇ ਵਿੱਚ ਲਿਆ ਹੋਇਆ ਆ ਪੂਰਾ ਪੰਜਾਬ। ਪੰਜਾਬ ਤਾਂ ਕਿ ਪੂਰਾ ਉੱਤਰ ਭਾਰਤ ਇਸ ਵੇਲੇ ਠਰ ਠਰ ਕਰ ਉੱਠਿਆ ਆ। ਜਿਸ ਤਰ੍ਹਾਂ ਦੀ ਸੀਤ ਲਹਿਰ ਇਸ ਵਾਰ ਚੱਲ ਰਹੀ ਆ, ਪੂਰੇ 25 ਸਾਲ ਦੇ ਵਿੱਚ ਇੰਨਾ ਟੈਂਪਰੇਚਰ ਕਦੇ ਨਹੀਂ ਡਿੱਗਿਆ ਇਸ ਤਰ੍ਹਾਂ ਦਾ। ਜਦਕਿ ਜਨਵਰੀ ਮਹੀਨੇ ਦੇ ਇਹ ਦਿਨ ਅਖੀਰ 'ਤੇ ਜਾ ਰਹੇ ਆ, ਉੱਧਰ ਹਿਮਾਚਲ ਦੀਆਂ ਪਹਾੜੀਆਂ 'ਤੇ ਤਾਂ ਬਰਫ਼ਬਾਰੀ ਹੁੰਦੀ ਹੁੰਦੀ ਆ, ਅਤੇ ਇੱਧਰ ਮੈਦਾਨੀ ਇਲਾਕਿਆਂ ਦੇ ਵਿੱਚ ਟੈਂਪਰੇਚਰ ਬੁਰੀ ਤਰ੍ਹਾਂ ਨਾਲ ਡਿੱਗ ਚੁੱਕਾ ਆ। ਸੜਕਾਂ ਦੇ ਉੱਤੇ ਸੁੰਨ ਮਸਾਨ ਆ, ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਗੱਡੀ, ਕੋਈ ਬਹੁਤ ਹੀ ਜ਼ਰੂਰੀ ਵਾਲਾ ਕੋਈ ਨਿਕਲਦਾ ਆ, ਨਹੀਂ ਤਾਂ ਸੜਕਾਂ ਦੇ ਉੱਤੇ ਕੋਈ ਨਾਂ ਨਿਸ਼ਾਨ ਨਹੀਂ ਹੈਗਾ। ਦੇਖੋ ਦੂਰ ਦੂਰ ਤੱਕ ਇਹ ਫਗਵਾੜੇ ਨੂੰ ਜਾ ਰਿਹਾ ਰੋਡ ਆ, ਔਰ ਮੇਨ ਰੋਡ ਆ ਜਿਹਦੇ ਉੱਤੇ ਕਿ ਅੰਤ ਦੀ ਟ੍ਰੈਫਿਕ ਹੁੰਦੀ ਆ, ਪਰ ਇਸ ਵੇਲੇ ਇਹ ਬਿਲਕੁਲ ਖਾਲੀ ਔਰ ਆਲੇ ਦੁਆਲੇ ਸਿਰਫ ਧੁੰਦ ਨਜ਼ਰ ਆ ਰਹੀ ਆ। ਇਹ 2 ਵਜੇ ਦਾ ਟਾਈਮ ਆ, ਔਰ ਇਹ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਆ, ਪਰ ਬਾਜ਼ਾਰਾਂ ਦੇ ਵਿੱਚ ਰੌਣਕ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ, ਕਿਉਂਕਿ ਜਦੋਂ ਤੱਕ ਲੋਕ ਬਾਜ਼ਾਰ ਵਿੱਚ ਨਹੀਂ ਆਉਂਦੇ ਤਾਂ ਰੌਣਕ ਬਾਜ਼ਾਰ ਦੇ ਵਿੱਚ ਬਿਲਕੁਲ ਕੰਮ ਕਾਰ ਵਾਲੇ ਬੰਦੇ ਜਿਹੜੇ ਆ ਉਹੀ ਸੜਕ ਦੇ ਉੱਤੇ ਲੰਘ ਰਹੇ ਆ, ਨਹੀਂ ਤਾਂ ਸੜਕ ਬਿਲਕੁਲ ਖਾਲੀ ਆ। ਇੱਧਰ ਹਾਦਸਿਆਂ ਨੇ ਜ਼ੋਰ ਫੜਿਆ ਆ ਪੰਜਾਬ ਦੇ ਵਿੱਚ ਬਿਲਕੁਲ ਹੀ। ਕੱਲ੍ਹ ਵੀ ਟਾਂਡੇ ਨੇੜੇ ਬਹੁਤ ਜ਼ਬਰਦਸਤ ਹਾਦਸਾ ਹੋਇਆ ਜਿਹਦੇ ਵਿੱਚ 2 ਮੌਤਾਂ ਹੋ ਗਈਆਂ। ਅਸੀਂ ਇੱਧਰੋਂ ਹੁਸ਼ਿਆਰਪੁਰ ਮਾਲਪੁਰ ਤੋਂ ਬਿਲੋਂਗ ਕਰਦੇ ਹਾਂ, ਅਤੇ ਟੈਂਪਰੇਚਰ ਰਾਤ ਦਾ ਇਸ ਤਰ੍ਹਾਂ ਡਿੱਗਿਆ ਆ ਕਿ ਪਸ਼ੂ ਜੀਵ ਜੰਤੂ ਸਾਰੇ ਬੁਰੀ ਤਰ੍ਹਾਂ ਨਾਲ, ਅਤੇ ਇੱਦਾਂ ਦੇ ਠੰਡੇ ਮੌਸਮ ਦੇ ਵਿੱਚ ਜਸਿੰਦਰ ਕੌਰ ਨੇ ਅੱਜ ਇਹ ਬਹੁਤ ਲਾਜਵਾਬ ਚੌਲ ਬਣਾਏ, ਜਿਨ੍ਹਾਂ ਦੀ ਰੈਸਪੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਔਰ ਇਹ ਵੇਜ ਬਣਾਓ ਜਿਹਨੂੰ ਕਿਹਾ ਜਾ ਸਕਦਾ ਆ, ਜਿਵੇਂ ਤੁਹਾਨੂੰ ਅੱਗੇ ਵੀ ਅਸੀਂ ਦੱਸੀਦਾ ਕਿ ਸਾਡੇ ਕੋਲ ਅਵੇਲੇਬਲ ਹੁੰਦੀ ਆ ਹਰੇਕ ਚੀਜ਼ ਆਪਣੇ ਹੀ ਇੱਥੋਂ ਹੀ ਔਰ ਔਰਗੈਨਿਕ ਦੇ ਵਿੱਚ ਹੀ। ਵੀ ਆਪਾਂ ਥੋੜ੍ਹੇ ਜਿਹੇ ਉੱਥੋਂ ਹੀ ਮਟਰ ਤੋੜੇ ਅਤੇ ਥੋੜ੍ਹੀਆਂ ਜਿਹੀਆਂ ਗਾਜਰਾਂ ਪੱਟੀਆਂ, ਅਤੇ ਉਹ ਜ਼ਰੂਰ ਮੈਂ ਨਾਲ ਇਹਨਾਂ ਦੇ ਨਾਲ ਪਟਾਈਆਂ ਅਤੇ ਪਟਾ ਕੇ ਲਿਆ ਕੇ ਚੁੱਲ੍ਹੇ ਦੇ ਉੱਤੇ ਅੱਗ ਬਾਲੀ ਆ, ਅਤੇ ਅੱਗ ਬਾਲ ਕੇ ਹਾਲਾਤ ਹੀ ਇਹੋ ਜਿਹੇ ਹੋ ਗਏ ਆ ਠੰਡ ਦੇ ਵਿੱਚ ਕਿ ਇਹ ਦਿਨ ਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ 3:30 ਵਜੇ ਦਾ ਟਾਈਮ ਆ, ਔਰ 3 ਵਜੇ ਤੱਕ ਕੋਈ ਨਾਂ ਨਿਸ਼ਾਨ ਨਹੀਂ ਸੂਰਜ ਦਾ, ਔਰ ਠੰਡ ਆਪਣੀ ਚਰਮ ਸੀਮਾ 'ਤੇ ਆ, ਔਰ ਠਰੂੰ ਠਰੂੰ ਕਰਦੇ ਲੋਕ ਸੜਕਾਂ ਸੁੰਨੀਆਂ। ਪੰਜਾਬ ਦੇ ਵਿੱਚ ਭਿਆਨਕ ਸਰਦੀ, ਕਿਸੇ ਵੀ ਚੈਨਲ 'ਤੇ ਤੁਸੀਂ ਖਬਰਾਂ ਦੇਖੋ ਉਹਦੇ ਉੱਤੇ ਪਹਿਲੀ ਨਿਊਜ਼ ਤੁਹਾਨੂੰ ਇਹੀ ਮਿਲੂਗੀ ਕਿ ਪੰਜਾਬ ਭਿਆਨਕ ਸਰਦੀ ਦੀ ਲਪੇਟ 'ਚ, ਪੂਰੀ ਤਰ੍ਹਾਂ ਨਾਲ ਸੀਤ ਲਹਿਰ 'ਚ ਜਕੜ ਚੁੱਕਾ। ਅਜੇ ਤੱਕ ਵੀ ਰਾਹਤ ਦੀ ਕੋਈ ਉਮੀਦ ਨਹੀਂ, ਆਉਣ ਵਾਲੇ ਦਿਨ ਅਜੇ ਇੱਦਾਂ ਹੀ ਰਹਿਣ ਦੀ ਸੰਭਾਵਨਾ ਆ। ਇਹੋ ਜਿਹਾ ਮੌਸਮ ਤੁਹਾਨੂੰ ਦੇਖਣ ਨੂੰ ਮਿਲੂਗਾ ਅਜੇ ਵੀ। ਅਗਲੇ ਹਫ਼ਤੇ ਦੀ ਸਟਾਰਟਿੰਗ ਤੱਕ ਵੀ, ਅਤੇ ਇਹ ਅੱਗ ਵੀ ਬਹੁਤਾ ਚਿਰ ਨਹੀਂ ਕੱਢਦੀ ਹੈਗੀ ਜਦੋਂ ਆਪਾਂ ਬਾਲਦੇ ਹਾਂ, ਅਤੇ ਫਿਰ ਵੀ ਇਹ ਪਾੜ ਕੇ ਲੱਕੜਾਂ ਲਿਆਈਦੀਆਂ ਆ, ਅਤੇ ਕਿਚਨ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਦੇਸੀ ਘੇ ਦੇ ਵਿੱਚ
ਕਿ ਆਪਣੇ ਜੋਗਾ ਅਸੀਂ ਕੰਮ ਕਾਰ ਕਰਦੇ ਹਾਂ ਔਰ ਆਪਣੇ ਜੋਗੀ ਹਰੇਕ ਚੀਜ਼ ਅਵੇਲੇਬਲ ਕਰਾਉਂਦੇ ਹਾਂ ਬਿਨਾਂ ਖਾਦ ਦਵਾਈ ਤੋਂ, ਅਤੇ ਪਸ਼ੂ ਭਾਅ ਵੀ ਆਪਣੇ ਜੋਗਾ ਖੁੱਲ੍ਹਾ ਡੁੱਲਾ ਰੱਖੀਦਾ ਹੈ। ਪਿੰਡ ਵਿੱਚ ਰਹਿੰਦੇ ਹੋਏ ਵੀ ਇਹ ਸਾਰਾ ਕੁਝ ਜੇ ਬੰਦੇ ਦੀ ਜ਼ਿੰਦਗੀ ਵਿੱਚ ਅਵੇਲੇਬਲ ਨਾ ਹੋਇਆ ਫਿਰ ਪਿੰਡ ਵਿੱਚ ਰਹਿਣ ਦਾ ਕੋਈ ਦੂਜਾ ਨਹੀਂ ਹੈਗਾ। ਔਰ ਖੇਤੀਬਾੜੀ ਕਰਦੇ ਹੋਏ ਵੀ ਜੇ ਤੁਸੀਂ ਪਸ਼ੂ ਨਹੀਂ ਰੱਖਦੇ ਔਰ ਡੋਲੋ ਹੀ ਚੱਕ ਕੇ ਡੈਰੀ ਵਗੈਰਾ ਨੂੰ ਤੁਰ ਪੈਂਦੇ ਆ, ਉਹ ਤਾਂ ਫਿਰ ਬਿਲਕੁਲ ਹੀ ਰਹਿ ਗਈ ਗੱਲ ਆ। ਇਹਨਾਂ ਨੇ ਜਿਸ ਤਰ੍ਹਾਂ ਦੇ ਅੱਜ ਚੌਲ ਬਣਾਏ ਆ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ। ਸਾਰਾ ਸਮਾਨ ਤਿਆਰ ਕਰਕੇ ਦੇਸੀ ਘੀ ਦੇ ਵਿੱਚ ਤੁੜਕਾ ਲਾ ਕੇ ਇਹ ਨਮਕ ਪਾਇਆ, ਇਹਦੇ ਵਿੱਚ ਟਮਾਟਰ, ਆਲੂ, ਗਾਜਰ, ਮਟਰ ਇਹ ਸਾਰੀਆਂ ਚੀਜ਼ਾਂ ਨੂੰ ਇਹ ਦੇਸੀ ਘੀ ਦੇ ਵਿੱਚ ਥੋੜ੍ਹੀਆਂ ਜਿਹੀਆਂ ਨਰਮ ਹੋਣ ਦੇ ਬਾਅਦ, ਬਾਕੀ ਇਹ ਸਮਾਨ ਆ ਹਰੀ ਮਿਰਚ ਔਰ ਇਹ ਯਾਦ ਬਿਲਕੁਲ ਇੱਕ ਯਾਦਗਾਰ ਚੌਲ ਬਣਾਏ ਆ। ਜਦਕਿ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਦੇ ਭੋਜਨ ਦੇ ਵਿੱਚ ਚੌਲਾਂ ਦਾ ਬਿਲਕੁਲ ਵਿਸ਼ੇਸ਼ ਥਾਂ ਤਾਂ ਬੇਸ਼ੱਕ ਨਹੀਂ ਹੈਗਾ, ਪਰ ਫਿਰ ਵੀ ਇਹ ਸਾਡੀ ਭਾਰਤੀਆਂ ਦੀ ਖੁਰਾਕ ਦਾ ਅਨਖਿੜਵਾਂ ਅੰਗ ਆ। ਅਤੇ ਇਹ ਸਮਾਨ ਸਾਰਾ ਇਸ ਤਰ੍ਹਾਂ ਨਾਲ ਢੱਕ ਕੇ ਸਾਰੀਆਂ ਸਬਜ਼ੀਆਂ ਇਹ ਥੋੜ੍ਹੀ ਜਿਹੀਆਂ ਸੌਫਟ ਨਾਲੇ ਕਿਹੋ ਜਾਣਗੀਆਂ, ਬਿਲਕੁਲ ਬੇਲਣਾ ਸੇਕ ਇਹਨੂੰ ਲਵਾ ਕੇ, ਅਤੇ ਇਸ ਤੋਂ ਬਾਅਦ ਇਹ ਆਪਾਂ ਨੇ ਬਾਸਮਤੀ ਦੇ ਚਾਵਲ ਇਹ ਪਾ ਦਿੱਤੇ ਆ ਵਿੱਚ, ਅਤੇ ਬਿਲਕੁਲ ਲਾਜਵਾਬ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ। ਔਰ ਖਾਣ ਵਿੱਚ ਇਹ ਇਸ ਤਰ੍ਹਾਂ ਬਣਦੇ ਆ ਕਿ ਕੋਈ ਗੱਲ ਇੱਦਾਂ ਦੇ ਮੌਸਮ ਵਿੱਚ ਕੋਈ ਗੱਲ ਹੀ ਨਹੀਂ ਕਹਿਣ ਵਾਲੀ। ਅਤੇ ਬਹੁਤਾ ਟਾਈਮ ਤੁਹਾਡਾ ਨਾ ਜਾਇਆ ਕਰਦੇ ਹੋਏ ਅਸੀਂ ਤੁਹਾਨੂੰ ਬਹੁਤ ਜਲਦੀ ਦੇ ਵਿੱਚ ਇਹ ਸਾਰਾ ਕੁਝ ਦੂਜਾ ਕੀਤਾ ਆ। ਔਰ ਇਹ ਪਾਣੀ ਪਾ ਕੇ 2 ਗਲਾਸ ਪਾਣੀ ਦੇ, 1 ਗਲਾਸ ਚੌਲਾਂ ਦਾ ਸੀ ਔਰ ਇਹ ਬਾਕੀ ਵਿੱਚ ਪੂਰੀ ਤਰ੍ਹਾਂ ਨਾਲ, ਔਰ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋ। ਹਾਂ ਬਣਾਉਣ ਦਾ ਜ਼ਰੂਰ ਆਪਣਾ ਆਪਣਾ ਹੱਥ ਹੁੰਦਾ ਆ, ਪਰ ਜਦੋਂ ਤਕਨੀਕ ਉਹੀ ਹੋਵੇ ਇਹ ਦੇਖੋ ਕਿਸ ਤਰ੍ਹਾਂ ਦੇ ਚੌਲ ਬਣ ਕੇ ਤਿਆਰ ਹੋਏ ਆ ਦੇਖੋ। ਅਤੇ ਧਨੀਆ ਆ ਅਤੇ ਦੇਖਣ ਨੂੰ ਵੀ ਦੇਖੋ ਅਤੇ ਰੰਗ ਵੀ ਦੇਖੋ, ਅਤੇ ਇਹ ਦੇਖੋ ਸਤਿ ਸ਼੍ਰੀ ਅਕਾਲ।